من عند داك كينا تولي تولي كالتا يا پانج مرل ديتي جي ام حجان من دو جمين تحوك گنيا بچنا تولا يا پانج مرل ديتي جي اگا ميري ايتي بفد جي میری گمال پہ مرین دیا میں مر جانا من زور جمین مر جانا میں اتنی اے تو تھانا دیندہ میں ترو کے گئی ویچین ترو لیا گئی و ترو کو تو لیتا مر جانا میں جانا دیسا پہنن کون گئی کڑوان دے میری مونیا پہنن وہ سے ڈیرے تو آکے اے سامنا کا آدم دیتی بھی ہو نہیں ہے آدم نہ میں دیتی گے میں میں یہ نہیں پڑھے میرے تھرے چاہ جائیں میں اندر ڈاک کے نہ توڑے توڑے کال چاہ لئی میں میری مار تھی تے میری پہنے ام تھیرا اے آتھ بدن انہاں کہا اللہ جانا دے میری ماری ماری گئی جے موہ بنے کرے نہیں ہوں دے وہ دا کیا دعا ماما تھی آج بدے ایک کلے چھتا میں فرق آگا لب میرے میں ناندے نہیں تینا دا تھا مارنا تیرو بنیان دے دے پہ آندے نہیں آزا تھاری آندے آزا آن کرنا ہے بے گناہ پہ قتل کرتے ہیں دنیوں بگے اس میں گل کر کے لیے ہوتا کہ تیرے بچوں گل کر نہیں میرا بھائی رب جو ہے تو کونہ بیٹا کوئی بھائی تیل ਅਸੀਂ ਸਰ ਪੰਜ ਮਰਲੇ ਜ਼ਮੀਨ ਇਹਨਾਂ ਦੀ ਵੇਚੀ ਹੈ ਮੈਂ ਔਰ ਮੇਰੇ ਮਸੇਰ ਨੇ ਕਬਜ਼ਾ ਅਸੀਂ ਪੰਜਾਂ ਮਰਲਿਆਂ ਦਾ ਦਿੱਤਾ ਉਸ ਤੋਂ ਬਾਅਦ ਇਹ ਹੁਣ ਸਾਨੂੰ ਕੋਈ ਬੰਦਿਆਂ ਤਰ੍ਹਾਂ ਸਮਝਦੇ ਨਹੀਂ ਹਨ ਉਹ ਵੀ ਅੱਗੋਂ ਕਬਜ਼ਾ ਕਰਨਾ ਚਾਹੁੰਦੇ ਨੇ ਇਹ ਹੀ ਸਾਡੇ ਕੋਲ ਗੱਲ ਹੈ ਹੋਰ ਸਾਡੇ ਕੋਈ ਗੱਲ ਨਹੀਂ ਨਾ ਅਸੀਂ ਕੋਈ ਗਲਤ ਕਰਨੀ ਹੈ ਨਾ ਸਾਨੂੰ ਕੋਈ ਲੋੜ ਅੱਜ ਆ ਫਰਦ ਪਿੱਛੇ ਵੀ ਸਾਡੀ ਮਾਲਕੀ ਹੈ ਅੱਗੇ ਵੀ ਸਾਡੀ ਮਾਲਕੀ ਹੈ ਪੰਜਾਂ ਮਰਲਿਆਂ ਦਾ ਅਸੀਂ ਕਬਜ਼ਾ ਵੀ ਦਿੱਤਾ ਤੇ ਮਾਰਦੇ ਵੀ ਨੇ ਮਾਲਕੀ ਸਾਡੀ ਸਾਡੇ ਨਾਂ ਇਹਨਾਂ ਦੋਨਾਂ ਦਾ ਬਸ ਬਈ ਉਹ ਵਡੇਰਾ ਸ਼ਾਹੀ ਵਾਲਾ ਰਾਜ ਨੇ ਜਿਵੇਂ ਉਹ ਕਹਿੰਦੇ ਨੇ ਵਡੇਰਾ ਸ਼ਾਹੀ ਵਡੇਰਾ ਸ਼ਾਹੀ ਹੁਣ ਵੇਖੋ ਕੋਈ ਬੰਦਾ ਆਇਆ ਲੋਕੇ ਦਾ ਇੱਥੇ ਸਾਡੇ ਜਿਹੜਾ ਆਵੇ ਦਾ ਉਹਨੂੰ ਵੀ ਮਾਰਨ ਦੇ ਆਜ਼ਮ ਆਜ਼ਮ ਮੈਂਬਰ ਦਾ ਭਰਾ ਹੈ ਹਾਂ ਮੈਂਬਰ ਦਾ ਭਰਾ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀ ਸਾਡਾ ਹੱਕ ਹੈ ਉਹ ਸਾਡਾ ਹੱਕ ਹੋਣਾ ਚਾਹੀਦਾ ਜਿਹੜਾ ਉਹਦੀ ਪੰਜ ਮਰਲੇ ਹੱਕ ਹੈ ਉਹਦਾ ਹੋਣਾ ਚਾਹੀਦਾ ਅੱਜ ਇਹਨੂੰ ਮਾਰਿਆ ਨੇ ਮੈਂ ਤੇ ਅੰਦਰ ਛੁਪਿਆ ਰਿਹਾ ਮੇਰਾ ਉਹ ਘਰ ਪਿੱਛੇ ਪਰ ਉਹ ਸਾਡੀ ਮਸੇਰੋਂ ਭਰਜਾਈ ਉਹਨੇ ਵੀ ਗਾਲਾਂ ਕੱਢੀਆਂ ਨੇ ਮੇਰਾ ਨਾਂ ਰਜ਼ਾਕ ਹੈ ਮੈਂ ਇਹਨਾਂ ਦਾ ਪੜੋਸੀ ਹਾਂ ਔਰ ਮੇਰੇ ਤੇ ਨਾਲ ਸਟੇਅ ਦਾ ਵੀ ਹਵਾਲਾ ਹੈ ਕਿ ਰਜ਼ਾਕ ਦਾ ਮਕਾਨ ਨਾਲ ਹੈ ਆਜ਼ਮ ਦਾ ਮਕਾਨ ਨਾਲ ਹੈ ਸਟੇਅ ਵਿੱਚ ਵੀ ਮੇਰਾ ਹਵਾਲਾ ਇਹ ਹੈ ਗੱਲ ਮੈਂ ਆਪਣੇ ਇਮਾਨ ਕੁਰਾਨ ਦੀ ਕਰਨੀ ਹੈ ਕਿਸੇ ਦੀ ਰਹਿ ਦੀ ਗੱਲ ਮੈਂ ਨਹੀਂ ਕਰਨੀ ਖਾਲਦ ਨੇ ਪੰਜ ਮਰਲੇ ਰਕਬਾ ਆਜ਼ਮ ਨੇ ਦਿੱਤਾ ਸੀ ਮੈਂ ਛਾਤੀਆਂ ਨਾਲ ਗੁਆਇਆ ਪਟਵਾਰੀ ਦੇ ਕੋਲ ਮੈਂ ਛਾਤੀਆਂ ਗੁਆਇਆ ਉਹ ਕੋਈ ਦੇ ਹੁਣ ਵੀ ਆ ਜਾ ਕੇ ਚੈੱਕ ਕਰੇ ਮੈਂ ਉੱਥੇ ਮੇਰੀ ਸ਼ਹਾਦਤ ਲਿਖੀ ਹੈ ਉਹਦੇ ਵਿੱਚ ਪਿਛਲੇ ਪਾਸੋਂ ਖਾਲਦ ਦੀ ਮਾਲਕੀ ਦਾ ਪਿਛਲਾ ਹਿੱਸਾ ਜਿਹੜਾ ਉਹਦੇ 'ਚ ਉਹ ਪੰਜ ਮਰਲੇ ਦੀਪੀ ਗਈ ਹੈ ਅੱਗੇ ਖਾਲਦ ਦੀ ਚਾਰ ਮਰਲੇ ਜਗ੍ਹਾ ਛੱਡ ਗਏ ਉਸ ਤੋਂ ਅੱਗੇ ਸ਼ਾਮ ਲਾਟ ਹੈ ਇਹ ਮਾਲਕੀ ਤੋਂ ਅੱਗੇ ਜਾ ਕੇ ਸ਼ਾਮ ਲਾਟ ਹੈ ਉਹ ਫਰੰਟ 'ਤੇ ਲੱਗਦੀ ਸ਼ਾਮ ਲਾਟ ਮੇਰੇ ਮਕਾਨ ਦੇ ਅੱਗੇ ਵੀ ਇੰਨੇ ਹੀ ਰਕਬਾ ਸ਼ਾਮ ਲਾਟਦਾ ਆਜ਼ਮ ਨੇ ਦਿੱਤੇ ਹਨ ਬਿਆਨ ਖਾਲਦ ਨੇ ਆਜ਼ਮ ਆਤਾਮ ਦਾ ਮਮੂ ਕਹਿਦਾ ਜ਼ਾਦ ਦਾ ਉਹ ਵੀ ਵੜਾਇਆ ਚੀਏ
ਉਹਦੇ ਵਿੱਚ ਕੋਈ ਗਿਲੇ ਸ਼ਿਕਵੇ ਵਾਲੀ ਕੋਈ ਕਿਸੇ ਕਿਸਮ ਦੀ ਗੱਲ ਨਹੀਂ। ਮੇਰੀ ਮੌਜੂਦਗੀ ਵਿੱਚ ਤਾਰਕ ਲੰਬੜ ਮਾਸਟਰ ਜਵੇਦ ਪਟਵਾਰੀ ਉਹਨਾਂ ਆ ਕੇ ਕਿਲੀਆਂ ਲਾ ਕੇ ਦਿੱਤੀਆਂ ਹਨ ਇੱਥੇ ਫੀਤੇ ਨਾਲ ਕੱਛ ਕੇ ਅਤੇ ਇਹ ਕੁੜ ਬਣੀ ਸੀ। ਇਹਦੇ ਵਿੱਚ ਜਿਹੜਾ ਇਹਦਾ ਹੱਕ ਉਹ ਇਹਨੂੰ ਦੇਣਾ ਚਾਹੀਦਾ, ਜਿਹੜਾ ਉਹਨਾਂ ਦਾ ਹੱਕ ਉਹਨਾਂ ਨੂੰ ਦੇਣਾ ਚਾਹੀਦਾ। ਜੀ ਆਹ ਪੁਲਿਸ ਆਈ ਹੈ, ਮੈਂ ਉਸ ਇੱਥੇ ਕੋਲ ਹੀ ਸਾਂ। ਮੇਨ ਸਗੋਂ ਇਹ ਦੇ ਪਤਰੀਆ ਖਾਲਦ ਦਾ, ਉਸ ਕਿਹਾ ਕਿ ਚਾਚਾ ਗੱਲ ਕਰ। ਮੈਂ ਕਿਹਾ ਮੇਰਾ ਪੁੱਤਰ, ਮੈਂ ਅੱਗੇ ਤੁਹਾਨੂੰ ਸਾਰੀ ਨਿਸ਼ਾਨਦੇਹੀ ਕਰਾ ਛੱਡੀ ਹੈ ਅਤੇ ਮੈਨੂੰ ਤੁਸੀਂ ਇਸ ਖਾਤੇ 'ਚੋਂ ਬਾਹਰ ਰਹਿਣ ਦਿਓ, ਮੈਨੂੰ ਇਸ ਖਾਤੇ 'ਚੋਂ ਬਾਹਰ ਰਹਿਣ ਦਿਓ। ਮੈਂ ਨਾ ਭੰਡੀਆਂ ਜੋਗਾ ਜੇ, ਨਾ ਮੈਂ ਰੌਲਿਆਂ ਜੋਗਾ ਜੇ। ਮੁਤਾਲਬਾ ਇਹਨਾਂ ਦਾ ਇਹ ਹੀ ਹੈ ਕਿ ਜੋ ਹੱਕ ਹੈ ਉਹ ਹੱਕ ਹੋਣਾ। ਅਸਾਂ ਪੰਜ ਮਰਲੇ ਉਹਨਾਂ ਨੂੰ ਦਿੱਤੀ ਆਪਣੀ ਪੰਜ ਮਰਲੇ ਵਾਲਿਆਂ ਨੇ।